ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਮਨ ਸ਼ੰਕਰ ਪਹਿਲਾ ਪੇਸ਼ ਨੇ ਚੌੜੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ 100 ਕਰੋੜ ਵੈਕਸੀਨ ਦੋਸ ਦਾ ਟੀਚਾ ਹਾਸਲ ਕਰਨਾ ਹਰ ਦੇਸ਼ ਵਾਸੀ ਦੀ ਕਾਮਯਾਬੀ ਪ੍ਰਧਾਨ ਮੰਤਰੀ ਨੇ ਇਸ ਵੱਡੀ ਉਪਲਬਧੀ ਦੇ ਬਾਵਜੂਦ ਲੋਕਾਂ ਨੂੰ ਆਉਂਦੇ ਤਿਹਾਰਾਂ ਵੇਲੇ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ BBMP ਨੇ ਪਾਖੜਾ ਡੈਮ ਦਾ 59ਵਾਂ ਸਮਰਪਣ ਦਿਵਸ ਮਨਾਇਆ ਪ੍ਰਧਾਨ ਮੰਤਰੀ ਮੁੰਦਰਾ ਯੋਜਨਾ ਤਹਿਤ ਫਤੇਗੜ ਸਾਹਿਬ ਜ਼ਿਲ੍ਹੇ ਵਿੱਚ ਜ਼ਰੂਰਤਮੰਦਾਂ ਨੂੰ 48 ਕਰੋੜ ਤੋਂ ਵੱਧ ਦੇ ਕਰਜ਼ੇ ਦਿੱਤੇ ਗਏ। ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੀਤੇ ਦਿਨ 1 ਬਿਲੀਅਨ ਯਾਨੀ 100 ਕਰੋੜ ਵੈਕਸੀਨ ਡੋਜ਼ ਦਾ ਕਠਨ ਪਰ ਆ ਸਧਾਰਨ ਟੀਕਾ ਹਾਸਲ ਕੀਤਾ ਗਿਆ ਹੈ। ਅੱਜ ਸਵੇਰੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਉਪਲਬਧੀ ਪਿੱਛੇ 130 ਕਰੋੜ ਦੇਸ਼ ਵਾਸੀਆਂ ਦੀ ਕਰਤਵ ਸ਼ਕਤੀ ਲੱਗੀਏ। ਇਸ ਲਈ ਇਹ ਸਫਲਤਾ ਹਰ ਦੇਸ਼ ਵਾਸੀ ਦੀ ਸਫਲਤਾ ਹੈ। हमारे देश ने एक तरफ कर्तव्य का पालन किया तो दूसरी तरफ उसे बड़ी सफलता भी मिली कल 21 अक्टूबर को भारत ने 1 बिलियन 100 करोड़ वैक्सीन डोज का कठिन लेकिन ਅਸਾਧਾਰਨ ਲਕਸ਼ਯ ਪ੍ਰਾਪਤ ਕੀਤਾ ਹੈ। ਹਮਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਜਿਸ ਤੇਜ਼ੀ ਨਾਲ 100 ਕਰੋੜ ਦਾ ਅੰਕੜਾ ਪਾਰ ਕੀਤਾ ਹੈ ਉਸ ਦੀ ਪ੍ਰਸ਼ੰਸਾ ਵੀ ਹੋ ਰਹੀ ਹੈ। ਪਰੰਤੂ ਇਸ ਵਿਸ਼ਲੇਸ਼ਣ ਵਿੱਚ ਇੱਕ ਗੱਲ ਅਕਸਰ ਰਹਿ ਜਾਂਦੀ ਹੈ ਕਿ ਅਸੀਂ ਇਹ ਸ਼ੁਰੂਆਤ ਕਿੱਥੋਂ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਵੈਕਸੀਨੇਸ਼ਨ ਅਭਿਆਨ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦਾ ਜੀਵੰਤ ਉਦਾਹਰਣ ਹੈ। पूरा विश्व आज भारत की इस ताकत को देख रहा है महसूस कर रहा है साथियों भारत का वैक्सीनेशन अभियान सबका साथ सबका विकास सबका विश्वास और सबका प्रयास का सबसे जीवंत उदाहरण है प्रधानमंत्री ने कहा कि देश का एक ही मंत्र है कि जेकर बीमारी भेदभाव नहीं करती वैक्सीन भी भेदभाव नहीं हो सकता इसलिए यह यकीनी बनाया गया है कि वैक्सीनेशन अभियान से वीआईपी कल्चर हावी ना हो बीमारी भेदभाव नहीं करती तो वैक्सीन में भी भेदभाव नहीं हो सकता इसलिए यह सुनिश्चित किया गया कि वैक्सीनेशन अभियान पर वीआईपी कल्चर हावी न हो ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਵੱਡੀ ਉਪਲਬਧੀ ਦੇ ਬਾਵਜੂਦ ਸਾਨੂੰ ਲਾਪਰਵਾਹ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਲੋਕਾਂ ਨੂੰ ਆਉਂਦੇ ਤਿਹਾਰਾਂ ਵਿੱਚ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਮੇਰਾ ਆਗ੍ਰਹ ਹੈ ਕਿ ਹਮੇ ਆਪਣੇ ਤਿਹਾਰਾਂ ਨੂੰ ਪੂਰੀ ਸਤਰਕਤਾ ਦੇ ਸਾਥ ਹੀ ਮਨਾਣਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਚਾਰੇ ਪਾਸੇ ਵਿਸ਼ਵਾਸ ਤੇ ਉਤਸ਼ਾਹ ਹੈ ਅਤੇ ਹੁਣ ਭਾਰਤੀ ਕੰਪਨੀਆਂ ਵਿੱਚ ਨਾ ਕੇਵਲ ਰਿਕਾਰਡ ਪੂੰਜੀਕਾਰੀ ਹੋ ਰਹੀ ਹੈ ਬਲਕਿ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਵੀ ਮਿਲ ਰਹੇ ਨੇ ਸੱਭਿਆਚਾਰ ਮੰਤਰਾਲੇ ਦੇ ਭਾਰਤੀ ਪੁਰਾਤਤਵ ਸਰਵੇ ਵਿਭਾਗ ਨੇ ਵਿਸ਼ਵ ਦੀ ਸਭ ਤੋਂ ਵੱਡੀ ਅਤੇ ਤੇਜ਼ ਟੀਕਾਕਰਨ ਮੁਹਿੰਮ ਰਾਹੀਂ 100 ਕਰੋੜ ਕੋਵਿਡ ਟੀਕੇ ਲਗਾਉਣ ਦਾ ਮੀਲ ਪੱਥਰ ਪ੍ਰਾਪਤ ਕਰਨ ਲਈ ਦੇਸ਼ ਭਰ ਦੇ 100 ਸਮਾਰਕਾਂ ਨੂੰ ਤਿਰੰਗੇ ਦੇ ਰੰਗਾਂ ਨਾਲ ਰੌਸ਼ਨਾਇਆ ਹੈ ਜਲੰਧਰ ਜ਼ਿਲ੍ਹੇ ਦੇ ਨੂਰਮੈਲ ਵਿਕਸਿਤ ਇਤਿਹਾਸਕ ਸਰਾں ਤੇ ਵੀ ਕੱਲ ਰਾਤ ਰੌਸ਼ਨੀ ਕੀਤੀ ਗਈ ਵਿਭਾਗ ਦੇ ਚੰਡੀਗੜ੍ਹ ਸਰਕਲ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੋਵਿਡ ਮਹਾਮਾਰੀ ਖਿਲਾਫ ਜੰਗ ਲਈ ਕਰੋਨਾ ਯੋਧਿਆਂ ਤੇ ਸਿਹਤ ਕਾਮਿਆਂ ਦਾ ਧੰਨਵਾਦ ਕਰਨ ਲਈ ਇਹ ਰੌਸ਼ਨੀ ਕੀਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਸਵੇਰੇ 11 ਵਜੇ ਵੀਡੀਓ ਕਾਨਫਰencing ਰਾਹੀਂ ਆਤਮ ਨਿਰਭਰ ਭਾਰਤ ਸਵਯਮ ਪੂਰਨ ਗੋਵਾ ਪ੍ਰੋਗਰਾਮ ਦੇ ਲਾਭਪਾਤਰਿਆਂ ਅਤੇ ਹਿੱਤ ਧਾਰਕਾਂ ਨਾਲ ਗੱਲਬਾਤ ਕਰਨਗੇ ਬਾਅਦ ਵਿੱਚ ਪ੍ਰਧਾਨ ਮੰਤਰੀ ਮੌਜੂਦ ਲੋਕਾਂ ਨੂੰ ਵੀ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਦੇ ਆਤਮ ਨਿਰਭਰ ਭਾਰਤ ਦੇ ਸੱਦੇ ਤੋਂ ਪ੍ਰੇਰਿਤ ਇਹ ਪਹਿਲੇ ਬੀਤੇ ਸਾਲ 1 ਅਕਤੂਬਰ ਨੂੰ ਸ਼ੁਰੂ ਕੀਤੀ ਗਈ ਸੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਭਾਖੜਾ ਡੈਮ ਦਾ 58ਵਾਂ ਸਮਰਪਣ ਦਿਵਸ ਅੱਜ ਆਜ਼ਾਦੀ ਕਾਮ੍ਰਿਤ ਮਹੋਤਸਵ ਥੀਮ ਦੇ ਆਧਾਰ ਤੇ ਮਨਾਇਆ ਕੇਂਦਰੀ ਬਿਜਲੀ ਮੰਤਰਾਲੇ ਵਿੱਚ ਸਯੁਕਤ ਸਕੱਤਰ ਰਗੂ ਰਾਜ ਰਜਿੰਦਰਨ ਇਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਬੀਬੀਐਮਬੀ ਦੇ ਚੇਅਰਮੈਨ ਸੰਜੇ ਸ਼ਰੀਵਾਸਤ ਅਤੇ ਪ੍ਰਬੰਧਕੀ ਬੋਰਡ ਦੇ ਡਿਪਟੀ ਚੀਫ ਇੰਜੀਨੀਅਰ ਹੁਸਨ ਲਾਲ ਕਮਪੋਜ ਸਮੇਤ ਹੋਰਾਂ ਨੇ ਡੈਮ ਦੀ ਉਸਾਰੀ ਸਮੇਂ ਸ਼ਹੀਦ ਹੋਏ ਸੈਂਕੜੇ ਮਜ਼ਦੂਰਾਂ ਨੂੰ ਉਹਨਾਂ ਦੀ ਯਾਦਗਾਰ ਤੇ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਕਰਵਾਈ ਗਈ ਹਾਫ ਮੈਰਾਥਨ ਦੌੜ ਵਿੱਚ ਤਕਰੀਬਨ 150 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸਕੂਲੀ ਵਿਦਿਆਰਥੀਆਂ ਦੇ ਚਿੱਤਰਕਾਰੀ ਮੁਕਾਬਲੇ ਵੀ ਕਰਵਾਏ ਗਏ ਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਬੀਬੀ ਐਮਬੀ ਦੇ ਹਸਪਤਾਲ ਵਿੱਚ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ। ਜ਼ਿਕਰਯੋਗ ਹੈ ਕਿ 8 ਦਸੰਬਰ 1963 ਨੂੰ ਦੇਸ਼ ਨੂੰ ਸਮਰਪਿਤ ਕੀਤਾ ਗਿਆ ਸੀ। ਕੇਂਦਰੀ ਵਿੱਤ ਮੰਤਰਾਲੇ ਨੇ ਦੇਸ਼ ਦੀਆਂ ਸਮੂਹ ਬੈਂਕਾਂ ਨੂੰ ਅਕਤੂਬਰ ਮਹੀਨੇ ਤੋਂ ਕ੍ਰੈਡਿਟ ਆਊਟਰੀਚ ਪ੍ਰੋਗਰਾਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਤਹਿਤ ਅੱਜ ਮੋਗਾ ਜ਼ਿਲ੍ਹੇ ਦੇ ਲੀਡ ਬੈਂਕ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਜ਼ਿਲ੍ਹਾ ਪਧਰੀ ਕ੍ਰੈਡਿਟ ਆਊਟਰੀਚ ਮੈਗਾ ਕੈਂਪ ਆਯੋਜਿਤ ਕੀਤਾ ਗਿਆ ਇਸ ਵਿੱਚ ਵੱਖ-ਵੱਖ ਬੈਂਕਾਂ ਨੇ 151 ਤੋਂ ਵੱਧ ਵਿਅਕਤੀਆਂ ਨੂੰ 1-1 ਕਰੋੜ 65 ਲੱਖ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਹਰਚਰਨ ਸਿੰਘ ਨੇ ਲਾਭਪਾਤਰੀਆਂ ਨੂੰ ਕਰਜ਼ਾ ਮਨਜ਼ੂਰੀ ਦੇ ਪੱਤਰ ਤਕਸੀਮ ਕੀਤੇ ਇਹ ਮਨਜ਼ੂਰੀ ਪੱਤਰ ਨਵੇਂ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਅਤੇ ਚੱਲ ਰਹੇ ਕਾਰੋਬਾਰਾਂ ਨੂੰ ਹੁਲਾਰਾ ਦੇਣ ਲਈ ਬਿਨਾਂ ਕਿਸੇ ਖੱਜਲ-ਖੁਆਰੀ ਦੇ ਮੁਹੱਈਆ ਕਰਵਾਏ ਗਏ ਨੇ ਲੀਡ ਬੈਂਕ ਮੈਨੇਜਰ ਬਜਰੰਗੀ ਸਿੰਘ ਨੇ ਦੱਸਿਆ ਕਿ ਇਹ ਰਾਸ਼ੀ ਲਾਪਾਤਰੀਆਂ ਤੇ ਖਾਤਿਆਂ ਵਿੱਚ ਜਮ੍ਹਾਂ ਹੋ ਜਾਵੇਗੀ ਮਹਿਲਾਵਾਂ ਨੂੰ ਸਸ਼ਕਤ ਕਰਨ ਲਈ ਸਹਿਯੁਕ ਦੇਣਦਾਰ ਇਸ ਸਮੂਹਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ মুদ্রা ਲੋਨ ਤਹਿਤ ਕਰਜ਼ੇ ਮੁਹੱਈਆ ਕਰਵਾਏ ਗਏ ਨੇ। ਇਹ ਲੀਡ ਬੈਂਕ ਆਮਨੇ ਕਾਫੀ ਬੜ ਚੜ ਕਰ ਇਸ ਵਿੱਚ ਹਿੱਸਾ ਲਿਆ ਲੋਕੋ ਕੋ ਸੈਂਕਸ਼ਨ ਲੈਟਰ دیے ਹਨ ਔਰ और उनको जिन, जिनकी रिपेमेंट हिस्ट्री बहुत अच्छी है कस्टमरों का ऑनर किया गया हमारा इस प्रोग्राम का मेन पर्पस है कि आ, आने वाले कमिंग फेस्टिवल सीजन में लोगों को ज़्यादा से ज़्यादा क्रेडिट फैसिलिटी मुहैया कराई जाए मैं जूनियर बैंक तो लोन लिया मुंद्रा लोन मैं अपनी दुकान करियाने दुकान कर दी हूँ हाँ जी अज मेरा अज कारोबार बहुत वजिए चल रहा है ਕਾਮਯਾਬੀ ਸਹੂਲਤਾਂ ਦੀ ਮਹਤਾਜ ਨਹੀਂ ਹੁੰਦੀ ਅਤੇ ਜੇ ਕੁਝ ਕਰਨ ਦੀ ਗੁਜ਼ਰਨ ਦੀ ਤਾੰਗ ਹੋਵੇ ਤਾਂ ਜ਼ਿੰਦਗੀ ਵਿੱਚ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੱਗਰ ਸਾਹਿਬ ਦੇ ਨਿਵਾਸੀ ਪੁਸ਼ਪਨਾਥ ਸ਼ਰਮਾ ਦੇ ਸੁਪੁੱਤਰ ਕਮਲਦੀਪ ਸ਼ਰਮਾ ਨੇ ਇਸ ਰੋਵਿਚ ਵਿਗਿਆਨੀ ਦੇ ਤੌਰ ਤੇ ਦਾਖਲਾ ਲੈ ਕੇ ਇਸ ਕਥਨ ਨੂੰ ਸੱਚ ਕਰ ਦਿਖਾਇਆ ਹੈ ਕਮਲਦੀਪ ਸ਼ਰਮਾ ਦੇ ਪਿਤਾ ਟੈਂਪੂ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ ਅਤੇ ਕਮਲਦੀਪ ਸ਼ਰਮਾ ਨੇ ਪਿਤਾ ਦੀ ਮਿਹਨਤ ਨੂੰ ਅਜਾਈ ਨਹੀਂ ਜਾਣ ਦਿੱਤਾ ਇਸ ਰੋਸ ਸੰਸਥਾ ਲਈ ਚੁਣੇ ਗਏ ਨਵੇਂ ਵਿਗਿਆਨੀਆਂ ਚੋਂ ਕਮਲਦੀਪ ਸ਼ਰਮਾ ਨੇ ਪੰਜਾਬ ਚੋਂ ਪਹਿਲਾ ਤੇ ਦੇਸ਼ ਚੋਂ ਤੀਜਾ ਸਥਾਨ ਹਾਸਲ ਕਰਕੇ ਸਿਰਫ ਆਪਣੇ ਮਾਤਾ ਪਿਤਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਕਮਲਦੀਪ ਸ਼ਰਮਾ ਨੇ ਦੱਸਿਆ ਕਿ 4 ਸਾਲ ਪਹਿਲਾਂ ਜਦ ISRO ਨੇ ਇੱਕ ਸਮੇਂ 100 ਉਪਗ੍ਰਹਿ ਲਾਂਚ ਕੀਤੇ ਤਾਂ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ISRO ਵਿੱਚ ਸਾਇੰਟਿਸਟ ਬਣਨ ਦਾ ਟੀਚਾ ਮਿਥਿਆ 4 ਸਾਲ ਲਗਾਤਾਰ ਆਸਫਲ ਰਹਿਣ ਤੇ ਵੀ ਉਹਨਾਂ ਹੌਸਲਾ ਨਹੀਂ ਛੱਡਿਆ ਤੇ 5ਵੇਂ ਸਾਲ ਉਹਨਾਂ ਦੀ ਮਿਹਨਤ ਤੇ ਲਗਨ رنگ ਲਿਆਈ ਜਦੋਂ ਉਹ ਮੈਰਿਟ ਲਿਸਟ ਵਿੱਚ ਤੀਜੇ ਸਥਾਨ ਤੇ ਆਏ मैं बहुत बार फेल हुआ जी तो हर बार यही होता था कि यार फेल हो गया दोबारा से फिर मेहनत करनी पड़ेगी दोबारा से फिर नोट्स पढ़ने पड़ेंगे पर उस टाइम पे ना कुछ एक लाइनें थी जो मैं बार बार रिपीट करता था अपने दिमाग के अंदर वो लाइनें ऐसी थी कि पंजाबी की लाइनें थी वो एक पोइट्री थी ਕਿ ਮੈਂ ਤੇ ਮੇਰੀ ਕੋਸ਼ਿਸ਼ ਕਦੇ ਅੱਕਦੇ ਨਹੀਂ ਥੱਕਦੇ ਨਹੀਂ ਟੁੱਟਦੇ ਨਹੀਂ ਮੈਂ ਤੇ ਮੇਰੀ ਕੋਸ਼ਿਸ਼ ਸਵੇਰ ਤੋਂ ਲੈ ਕੇ ਟਕਾਲਾਂ ਤੱਕ ਗਰਮੀ ਤੋਂ ਲੈ ਕੇ ਸਿਆਲਾਂ ਤੱਕ ਜੋ ਕਰਨਾ ਹੈ ਜੋ ਬਣਨਾ ਹੈ ਕਦੇ ਦਿਮਾਗੋਂ ਨਹੀਂ ਕੱਢੀਦਾ ਇੱਕ ਆਸ ਵਿਸ਼ਵਾਸ ਹੌਸਲਾ ਹੌਸਲਾ ਨਹੀਂ ਛੱਡੀਦਾ ਹੱਕ ਦੀ ਖਾਈਦੀ ਹੈ ਭਾਵੇਂ ਥੋੜੀ ਖਾਈਦੀ ਹੈ ਕਿਸੇ ਦਾ ਹੱਕ ਕਦੇ ਲੁੱਟਦੇ ਨਹੀਂ ਮੈਂ ਤੇ ਮੇਰੀ ਕੋਸ਼ਿਸ਼ ਕਮਲਦੀਪ ਸ਼ਰਮਾ ਦੇ ਪਿਤਾ ਪੁਸ਼ਪਨਾਥ ਸ਼ਰਮਾ ਆਪਣੇ ਪੁੱਤਰ ਦੀ ਕਾਮਯਾਬੀ ਤੇ ਬੇहद ਖੁਸ਼ ਨੇ ਉਹਨਾਂ ਨੂੰ ਮਾਣ ਹੈ ਕਿ ਟੈਂਪੂ ਚਲਾ ਕੇ ਮਿਹਨਤ ਕਰਨ ਵਾਲੇ ਇਨਸਾਨ ਦਾ ਬੱਚਾ ਇੰਨੀ ਬੁਲੰਦੀ ਤੇ ਪਹੁੰਚਿਆ ਹੈ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰਾ ਪੁੱਤਰ ਕਮਲਦੀਪ ਸ਼ਰਮਾ ਅੱਜ ਸਾਇੰਟਿਸਟ ਬਣ ਗਿਆ ਹੈ ਤੇ ਇਸ ਪ੍ਰਾਪਤੀ ਵਾਸਤੇ ਜਦੋਂ ਵੀ ਉਹ ਪੁੱਤ ਸੀ ਜਾਂ ਥੱਕਦਾ ਸੀ ਮੈਂ ਉਸ ਨੂੰ ਇਹੀ ਸਹਾਰਾ ਦਿੰਦਾ ਸੀ ਕਿ ਪੁੱਤਰ ਕੋਈ ਗੱਲ ਨਹੀਂ ਕਦੇ ਨਾ ਕਦੇ ਦਿਨ ਜ਼ਰੂਰ ਆਉਣਗੇ ਚੰਗੇ ਤੇ ਤੂੰ ਇੱਕ ਦਿਨ ਕਾਮਯਾਬੀ ਨੂੰ ਜ਼ਰੂਰ ਛੂਏਗਾ ਕਮਲਦੀਪ ਦੇ ਸਕੂਲ ਸਮੇਂ ਦੇ ਅਧਿਆਪਕ ਪਦਮਨਾਭ ਸ਼ਰਮਾ ਨੇ ਕਿਹਾ ਕਿ ਇੱਕ ਪਿੰਡ ਦੇ ਸਕੂਲ ਤੋਂ ਉੱਠ ਕੇ ਕਮਲਦੀਪ ਨੇ ਇਸਰੋ ਵਰਗੀ ਵੱਕਾਰੀ ਸੰਸਥਾ ਦਾ ਵਿਗਿਆਨੀ ਬਣ ਕੇ ਆਪਣੇ ਮਾਪਿਆਂ ਤੇ ਅਧਿਆਪਕਾਂ ਦੇ ਨਾਲ-ਨਾਲ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ ਤੇ ਮੇਰਾ ਪ੍ਰਾਯੋਹਿਆ ਕਮਲਦੀਪ ਸ਼ਰਮ ਅੱਜ ਇਸ ਮੌਕਮੇ ਤੇ ਪਹੁੰਚਾ ਹੈ ਕਿ ਮੈਨੂੰ ਇੰਨੀ ਖੁਸ਼ੀ ਹੈ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਮudra ਯੋਜਨਾ ਬੇਰੁਜ਼ਗਾਰਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਮudra ਯੋਜਨਾ ਨਾਲ ਬੇਰੁਜ਼ਗਾਰ ਆਪਣਾ ਰੋਜ਼ਗਾਰ ਸ਼ੁਰੂ ਕਰਨ ਤੇ ਮੌਜੂਦਾ ਚੱਲ ਰਹੇ ਕਾਰੋਬਾਰ ਵਿੱਚ ਵਾਧਾ ਕਰਨ ਦੇ ਸਮਰੱਥ ਹੋ ਰਹੇ ਨੇ ਪੰਜਾਬ ਦੇ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਵੀ ਲੋਕ ਇਸ ਯੋਜਨਾ ਦਾ ਲਾਹਾ ਲੈ ਕੇ ਆਪਣਾ ਜੀਵਨ ਪੱਧਰ ਉੱਚਾ ਕਰ ਰਹੇ ਨੇ। ਲੀਡ ਬੈਂਕ ਐਸਬੀਆਈ ਦੇ ਜ਼ਿਲ੍ਹਾ ਮੈਨੇਜਰ ਜਸਵੰਤ ਸਿੰਘ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਦੌਰਾਨ ਵੱਖ-ਵੱਖ ਬੈਂਕਾਂ ਵੱਲੋਂ 48 ਕਰੋੜ 37 ਲੱਖ ਰੁਪਏ ਦੇ ਕਰਜ਼ ਮੁਹੱਈਆ ਕਰਵਾਏ ਗਏ ਨੇ ਜਿਸ ਤੇ ਇਸ ਨਾਲ 2700 ਤੋਂ ਵੱਧ ਲੋਕਾਂ ਆਪਣਾ ਰੋਜ਼ਗਾਰ ਚਲਾ ਰਹੇ ਨੇ। ਇਸ ਸਕੀਮ ਦੇ ਅੰਦਰ 10 ਲੱਖ ਤੱਕ ਬਿਨਾਂ ਕਿਸੇ ਜਾਇਦਾਦ ਦੀ ਸਿਕਿਉਰਿਟੀ ਰੱਖਿਆ ਬੈਂਕ ਕਰ ਲੋਨ ਪ੍ਰਦਾਨ ਕਰਦੇ ਆ ਤੇ ਬੇਰੁਜ਼ਗਾਰ ਨੌਜਵਾਨ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ ਐਲੂਮੀਨੀਅਮ ਕਾਰੋਬਾਰੀ ਗੁਰਦੀਪ ਸਿੰਘ ਤੇ ਬਹਾਦਰਗੜ ਪਿੰਡ ਵਿੱਚ ਸਿਲਾਈ ਦਾ ਕੰਮ ਕਰਨ ਵਾਲੀ ਜਸਵਿੰਦਰ ਕੌਰ ਨੇ ਵੀ ਪ੍ਰਧਾਨ ਮੰਤਰੀ ਮੋਦਰਾ ਯੋਜਨਾ ਤੋਂ ਲਾਭ ਲਿਆਏ ਉਹਨਾਂ ਇਸ ਯੋਜਨਾ ਲਈ ਕੇਂਦਰ ਸਰਕਾਰ ਤੇ ਸਬੰਧਤ ਬੈਂਕਾਂ ਦਾ ਧੰਨਵਾਦ ਕੀਤਾ ਪੰਜਾਬ ਨੈਸ਼ਨਲ ਬੈਂਕ ਤੋਂ ਮੈਂ ਇੱਕ ਲੋਨ ਲਿੱਤਾ 2 ਲੱਖ ਦਾ ਜਿਹਦੇ ਨਾਲ ਮੈਂ ਆਪਣਾ ਕੰਮਕਾਰ ਸ਼ੁਰੂ ਕੀਤਾ ਨਵਾ ਅਪਣੇ ਅਲਮੀਨ ਦੇ ਕੰਮ ਚ ਮੈਂ ਵਧੀਆ ਕਮਾਈ ਕਰਨ ਲੱਗਿਆ ਫੈਮਲੀ ਦਾ ਗੁਜ਼ਾਰਾ ਵਧੀਆ ਹੋਣ ਲੱਗਿਆ ਇਸ ਕਰਕੇ ਮੈਂ ਪੀਐਨਬੀ ਬੈਂਕ ਦਾ ਤੇ ਸਰਕਾਰ ਦੀ ਇਸ ਯੋਜਨਾ ਦਾ ਬਹੁਤ ਧੰਨਵਾਦ ਕਰੀਆ ਅਸੀਂ ਧੰਨਵਾਦ ਕਰਦੇ ਹਾਂ ਮੋਦਰਾ ਯੋਜਨਾ ਤੇ ਪੰਜਾਬ ਨੈਸ਼ਨਲ ਬੈਂਕ ਵਾਲਿਆਂ ਦਾ ਜੀ ਜਿਨ੍ਹਾਂ ਨੇ ਸਾਨੂੰ ਕੰਮ ਕਰ ਦਿੱਤਾ ਤੇ ਬੀ ਰੋਜ਼ਗਾਰੀ ਤੇ ਰੋਜ਼ਗਾਰ ਕਰਿਆ ਜੀ ਤੇ ਸਾਡਾ ਵਧੀਆ ਕੰਮਕਾਰ ਚੱਲ ਰਹੀ ਹੈ ਸਿਲਾਈ ਦਾ ਜੰਮੂ ਕਸ਼ਮੀਰ ਪੁਲਿਸ ਦੇ ਜਵਾਨਾਂ ਨੇ ਰਾਸ਼ਟਰੀ ਏਕਤਾ ਦਿਵਸ ਦੇ ਸਬੰਧ ਵਿੱਚ ਇੱਕ ਬਾਈਕ ਰੈਲੀ ਦਾ ਆਯੋਜਨ ਕੀਤਾ ਹੈ। ਬਾਰਾਮੂਲਾ ਦੇ ਊੜੀ ਤੋਂ 18 ਅਕਤੂਬਰ ਨੂੰ ਸ਼ੁਰੂ ਹੋਈ ਇਹ ਬਾਈਕ ਰੈਲੀ 31 ਅਕਤੂਬਰ ਨੂੰ ਗੁਜਰਾਤ ਦੇ ਵੱਡਿਆ ਸਿੱਧ ਸਟੈਚੂ ਆਫ ਯੂਨਿਟੀ ਪਹੁੰਚੇਗੀ। ਇਸ ਵਿੱਚ 40 ਜਵਾਨ ਹਿੱਸਾ ਲੈ ਰਹੇ ਨੇ। ਜਲੰਧਰ ਪੁੱਜਾਂ ਤੇ ਪੁਲਿਸ ਅਧਿਕਾਰੀਆਂ ਨੇ ਬਾਈਕ ਸਵਾਰਾਂ ਦਾ ਸਵਾਗਤ ਕੀਤਾ। ਪੇਸ਼ ਹੈ ਇੱਕ ਰਿਪੋਰਟ। ਕੌਮੀ ਇਕਤਾ ਦਾ ਸੁਨੇਹਾ ਦਿੰਦੇ ਜੰਮੂ ਕਸ਼ਮੀਰ ਪੁਲਿਸ ਦੇ ਇਹਨਾਂ ਜਵਾਨਾਂ ਨੇ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਤੋਂ 18 ਅਕਤੂਬਰ ਨੂੰ ਆਪਣਾ ਸਫ਼ਰ ਸ਼ੁਰੂ ਕੀਤਾ। ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਹੁੰਦੇ ਹੋਏ ਇਹ 31 ਅਕਤੂਬਰ ਨੂੰ ਕੌਮੀ ਇਕਤਾ ਦਿਵਸ ਮੌਕੇ ਗੁਜਰਾਤ ਦੇ ਕੀਵੜੀਆ ਵਿਖੇ ਸਟੈਚੂ ਆਫ ਯੂਨਿਟੀ ਤੇ ਪਹੁੰਚਣਗੇ। ਇਸ ਬਾਈਕ ਰੈਲੀ ਦੀ ਅਗਵਾਈ ਜੰਮੂ ਕਸ਼ਮੀਰ ਪੁਲਿਸ ਦੇ ਡੀਐਸਪੀ ਗੁਲਾਮ ਹਸਨ ਕਰ ਰਹੇ ਨੇ। ਜਲੰਧਰ ਪੁਜਨ ਤੇ ਪੰਜਾਬ ਪੁਲਿਸ ਨੇ ਇਹਨਾਂ ਜਵਾਨਾਂ ਦਾ ਸਵਾਗਤ ਤੇ ਹੌਸਲਾ ਫੁਜਾਈ ਕੀਤੀ ਡਿਪਟੀ ਕਮਿਸ਼ਨਰ ਪੁਲਿਸ ਕਾਨੂੰਨ ਵਿਵਸਥਾ ਜਗਮੂਰ ਸਿੰਘ ਨੇ ਦੱਸਿਆ ਇਹ ਸਤਿ ਭਾਵਨਾ ਰੈਲੀ ਹੈਗੀ ਆ ਇਹ ਜੰਕੇ ਤੋਂ ਜਿਹੜੇ ਆਫੀਸਰ ਆਏ ਆ ਔਰ ਅਸੀਂ ਇਹਨਾਂ ਲਈ ਬਿਲਕੁਲ ਜਿਹੜਾ ਸੇਫ ਪੈਸੇਜ ਜਿਹੜਾ ਹੈਗਾ ਉਹਦਾ ਅਸੀਂ ਪ੍ਰਬੰਧ ਕੀਤਾ ਸੀ ਇੱਥੇ ਇਹਨਾਂ ਨੂੰ ਵੈਲਕਮ ਕੀਤਾ ਹੈਗਾ ਔਰ ਬਾਕੀ ਜਿਹੜੀ ਹੈਗੀ ਆ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖਣ ਲਈ ਇਹ ਸਤਿ ਭਾਵਨਾ ਰੈਲੀ ਨਿਕਾਲ ਰਹੇ ਆ और मैं यही अपील करा कि सारे देश की एकता अखंडता मिलजुल रहना चाहिए अपने सफर चंगा गुलाम हसन ने कहा कि तो बेहद प्यारैली का मकसद है नेशनल यूनिटी जो गुजरात में थर्टी फर्स्ट को एक राष्ट्रीय एकता दिवस मनाया जा रहा है हम वो मनाएंगे वहाँ पे हिंदुस्तान के बहुत सारे शहरों से भारत के शहरों से और स्टेट से गुजरते हुए हम गुजरात पहुंच जाएंगे। बहुत ही अच्छा एक्सपीरियंस रहा हर जगह पर लोगों ने वेलकम किया पंजाब पुलिस ने बहुत अच्छा वेलकम किया हौसला अफजाई की हमारी लोगों ने भी बहुत प्यार दिया इस बाइक रैली का मकसद देश में आपसी भाईचारे और एकता ते अखंडता एक को मजबूत करना है 40 बाइक सवारों के यह बाइक रैली कुल 2536 किलोमीटर का सफर तय करेगी शिशु शर्मा दूरदर्शन समाचार जालंधर ਚੌਥੀ ਪਾਸ਼ਾਈ ਸ੍ਰੀ ਗੁਰੂ ਰਾਮਦਾਸ ਜੀ ਦਾ 487ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਦੇਸ਼ ਵਿਦੇਸ਼ ਵਿੱਚ ਸੰਗਤ ਗੁਰਧਾਮਾਂ ਵਿੱਚ ਨਤਮਸਤਕ ਹੋਈ ਤੇ ਪਾਵਨ ਸਰੋਵਰਾਂ 'ਚ ਇਸ਼ਨਾਨ ਕੀਤੇ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਜ ਸਵੇਰੇ ਗੁਰਦੁਆਰਾ ਮੰਜੀ ਸਾਹਿਬ ਹਾਲ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਧਾਰਮਿਕ ਦੀਵਾਨ ਸਜਾਏ ਗਏ ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਟਾਡੀ ਤੇ ਕਵਿਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਇਸ ਵੇਲੇ ਸ਼੍ਰੀ ਦਰਬਾਰ ਸਾਹਿਬ ਵਿੱਚ ਸੁੰਦਰ ਦੀ ਮਾਲਾ ਤੇ ਆਤੀਸ਼ਵਾਜੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਖਬਰਾਂ ਦਾ ਬਲੂਟਿਨ ਖਤਮ ਹੋਇਆ ਨਮਸਕਾਰ